लर्न टू एक्चुलाइज सब का स्वागत है। करंट मुद्दा जो चल रहा है वोटों को लैके ये देखने जा रहा है कि एजुकेटेड पीपल भी जोड़े ने वो भी निराशावाद के शिकार ने। यह गल ठीक है कि गलत तो बहुत कुछ हो रहा है। ये मुलांकन करना कि असी डाउनवर्ड जा रहे हैं अपवर्ड जा रहे हैं उस तो उन्हों को जो डाटा आता उस दे बेस पर यह डिसीजन लिया जाता है कि वोट ना पाइए। सो क्वेश्चन इन्हों का है कि वोट पानी ਮੈਂ ਤਾਂ ਇਹ ਕਹਿੰਦਾ ਤੁਸੀਂ ਵੀ ਕਰਪਟ ਹੋ ਸਰ ਮੇਰਾ ਕੁਐਸਚਨ ਹੈ ਕਿ ਵੋਟ ਪਾਣੀ ਚਾਹੀਦੀ ਕਿ ਨਹੀਂ ਪਾਣੀ ਚਾਹੀਦੀ ਸਾਰੇ ਕਰਪਟ ਨੇ ਮੈਂ ਤਾਂ ਇਹ ਕਹਿੰਦਾ ਤੁਸੀਂ ਮੰਨ ਹੀ ਨਹੀਂ ਕਰਦਾ ਸਰ ਤੁਸੀਂ ਵੀ ਕਰਪਟ ਹੋ ਨਹੀਂ ਸਰ ਮੈਂ ਕਰਪਟ ਸਾਰਿਆ
ਦੂਸਰੀ ਕਰਪਸ਼ਨ ਕਿਹੜੀ ਗੱਲ ਕਰਦੇ ਪਰ ਕੁਐਸਚਨ ਇਹ ਕਿ ਜਿੱਦਾਂ ਕਿਤੇ ਨਾ ਕਿਤੇ ਤਾਂ ਹੁਣ ਦੁਨੀਆ ਕੋਈ ਤਿੰਨ ਚਾਰ ਪਾਰਟੀਆਂ ਹੁੰਦੀਆਂ ਆਪਣੇ ਇੰਡੀਆ ਦੀ ਗੱਲ ਨਹੀਂ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੁੰਦਾ ਵੀ ਸਾਰੇ ਕਿਤੇ ਨਾ ਕਿਤੇ ਜਗ੍ਹਾ ਕਰਪਟ ਆ ਫਿਰ ਵੋਟ ਦੇਣੀ ਚਾਹੀਦੀ ਜਾ ਕੇ ਕਿਉਂ ਨਹੀਂ ਦੇਣੀ ਚਾਹੀਦੀ ਮੈਂ ਉਹਨਾਂ ਤੋਂ ਇਹੀ ਪੁੱਛ ਰਿਹਾ ਸੀ ਕਿ ਉਹਨਾਂ ਦਾ ਕੀ ਵਿਚਾਰ ਹੈ ਕਿ ਵੋਟ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਸਰ ਵੋਟ ਇਹ ਨਿਊਜ਼ ਦੇਣੀ ਚਾਹੀਦੀ ਹੋਏ ਨੇ ਹਾਂਜੀ ਵੋਟ ਦੇਣੀ ਚਾਹੀਦੀ ਆ ਅੱਛਾ ਬਟ ਫਾਇਦਾ ਕੋਈ ਨਹੀਂ ਹੈਗਾ ਵੋਟ ਦੇ ਮਤਲਬ ਨਿਰਾਸ਼ਾ ਨਾ ਦੇਣੀ ਚਾਹੀਦੀ ਹੈ ਨਿਰਾਸ਼ਾ ਨਾ ਦੇ ਦਿੱਤੀ ਜਾਂਦੀ ਹੈ ਹਰ ਵਾਰੀ ਹਾਂ ਬਟ ਉਹਦਾ ਕੋਈ ਫਾਇਦਾ ਨਹੀਂ ਲੱਗਦਾ ਵੀ ਹਰ ਵਾਰੀ ਉਹੀ ਜੋ ਮਰਜ਼ੀ ਹੋਵੇ ਜਿਹੜਾ ਮਰਜ਼ੀ ਆ ਜਾਵੇ ਖਾਣਾ ਉਹਨੇ ਸਾਨੂੰ ਲੁੱਟ ਕੇ ਹੀ ਦਿੰਦਾ ਇਹਦਾ ਮਤਲਬ ਸਾਰੇ ਅੱਜ ਤੱਕ ਇੰਡੀਆ 'ਚ ਜਿਹੜੇ ਵੀ ਲੀਡਰ ਹੋਏ ਆ ਉਹ ਲੁਟੇਰੇ ਹੀ ਹੋਏ ਆ ਤੁਸੀਂ ਇਹ ਕਹਿੰਦੇ ਹੋ ਸਾਰੇ ਤਾਂ ਨਹੀਂ ਕਹਿੰਦਾ ਪਹਿਲੀ ਸਟੇਟਮੈਂਟ ਤੁਸੀਂ ਕਹਿ ਰਹੇ ਸਾਰੇ ਕਰਪਟ ਨੇ ਨਹੀਂ ਸਾਰੇ ਮੈਂ ਹੋਏ ਤਾਂ ਨਹੀਂ ਡਾਊਨ ਹੀ ਗਿਆ ਇੰਡੀਆ ਆਫਟਰ ਇੰਡੀਪੈਂਡੈਂਸ ਕਿੱਦਾਂ ਦੇਖਦੇ ਹੋ ਇੰਡੀਆ ਡਾਊਨ ਗਿਆ ਇਸ ਕਰਕੇ ਵੋਟ ਨਹੀਂ ਪਾਉਣੀ ਕਿ ਇੰਡੀਆ ਡਾਊਨ ਗਿਆ ਹੈ ਮਤਲਬ ਕੋਈ ਮਰ ਰਿਹਾ ਹੈ ਡੁੱਬ ਰਿਹਾ ਹੈ ਤੁਸੀਂ ਕਿਉਂ ਮੈਂ ਹੁਣ ਤਿਨਕਾ ਵੀ ਨਹੀਂ ਸੁੱਟਣਾ ਕਿਉਂਕਿ ਮੇਰੇ ਤਿਨਕੇ ਨਾਲ ਕੋਈ ਫਰਕ ਹੀ ਨਹੀਂ ਪੈ ਰਿਹਾ ਹਾਂ ਇਹ ਫਿਰ ਕਹਾਵਤ ਕਿਉਂ ਹੈ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਪਰ ਸਰ ਲੋਕ ਪੈਸੇ ਲੈ ਕੇ ਪਹਿਲਾਂ ਸਾਰਾ 5 ਸਾਲ ਗਾਲਾਂ ਕੱਢਦੇ ਰਹਿੰਦੇ ਪਰ ਐਂਡ ਤੇ ਸਰ ਜਦੋਂ ਪੈਸੇ ਲੈ ਕੇ ਫਿਰ ਸ਼ਰਾਬ ਦੇ ਛੋਟੀਆਂ ਛੋਟੀਆਂ ਗੱਲਾਂ ਬੇਸਿਕ ਦੇ ਉੱਤੇ ਉਹ ਵੋਟ ਦੇ ਦਿੰਦੇ ਆ ਔਰ ਮੋਸਟਲੀ ਵੋਟ ਉਹਨਾਂ ਲੋਕਾਂ ਲਈ ਹੀ ਜ਼ਿਆਦਾ ਵੋਟਾਂ ਆ ਇਸ ਕਰਕੇ ਸਰ ਮੇਰੀ ਇੱਕ ਅੱਧੀ ਵੋਟ ਦੇ ਕੀ ਫਰਕ ਪੈਣਾ ਹੈ ਇਸ ਤਰ੍ਹਾਂ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੀ ਫਰਕ ਪੈਣਾ ਹੈ ਇਹੀ ਸਰ ਇਹੀ ਗੱਲ ਹੈ ਕਿ ਅਸੀਂ ਵੀ ਸਟੋਰੀ ਬੜੀ ਅੱਛੀ ਹੈ ਤੁਸੀਂ ਵੀ ਇਹੀ ਕਹਿ ਰਹੇ ਹੋ ਇਹੀ ਕਹਿ ਰਹੇ ਸਰ ਜੀ ਕੀ ਫਾਇਦਾ ਹੈ ਸਮੁੰਦਰ ਦੇ ਕੰਢੇ ਸਟੋਰੀ ਇੱਕ ਹੋਰ ਯਾਦ ਆ ਗਈ ਹੈ ਇੱਕ ਸਮੁੰਦਰ ਦੇ ਕੰਢੇ ਇੱਕ ਬੱਚਾ ਸਮੁੰਦਰੀ ਤੂਫਾਨ ਤੋਂ ਬਾਅਦ ਇੱਕਦਮ ਇੱਕ ਔਥਰ ਉਸਨੂੰ ਦੇਖਦਾ ਹੈ ਲੇਖਕ ਉਸਨੂੰ ਦੇਖਦਾ ਹੈ ਕਿ ਬੱਚਾ ਝੁਕਦਾ ਹੈ ਦੂਰ ਦੇਖ ਰਿਹਾ ਹੈ ਉੱਠਦਾ ਹੈ ਝੁਕਦਾ ਹੈ ਉੱਠਦਾ ਹੈ ਸਮੁੰਦਰ ਦੇ ਕਿਨਾਰੇ ਹੈ ਹੋਇਆ ਕਿ ਇਹ ਤੂਫਾਨ ਬਹੁਤ ਆਇਆ ਸੀ ਜੋ ਵੀ ਸਮੁੰਦਰੀ ਜਿਹੜੀਆਂ ਛੱਲਾਂ ਬਹੁਤ ਆਈਆਂ ਸੀ ਜਿਸ ਕਰਕੇ ਮੱਛੀਆਂ ਬਹੁਤ ਸਾਰੀਆਂ ਬਾਹਰ ਆ ਗਈਆਂ ਸੀ ਲੇਖਕ ਨੇ ਇੰਟਰਸਟ 'ਚ ਜਾ ਕੇ ਕੋਲ ਦੇਖਿਆ ਕਿ ਕੀ ਹੋ ਰਿਹਾ ਹੈ ਕੀ ਬੱਚਾ ਕਰ ਰਿਹਾ ਹੈ ਅਤੇ ਬੱਚਾ ਮੱਛੀਆਂ ਨੂੰ ਛੋਟੇ ਛੋਟੇ ਹੱਥਾਂ ਚੁੱਕ ਕੇ ਸਮੁੰਦਰ 'ਚ ਸਿੱਟ ਰਿਹਾ ਹੈ ਜਿਹੜੀਆਂ ਤੜਪ ਰਹੀਆਂ ਸਨ ਅਤੇ ਲੇਖਕ ਉਸਨੂੰ ਕਹਿੰਦਾ ਹੈ ਕਿ ਇਸ ਨਾਲ ਕੀ ਫਰਕ ਪਏਗਾ ਉਸਦੇ ਇਸ ਐਫਰਟਸ ਨਾਲ ਕੀ ਫਰਕ ਪਏਗਾ ਉਹਦਾ ਸਵਾਲ ਸੀ ਹੈ ਨਾ ਤੇਰੇ ਛੋਟੇ ਛੋਟੇ ਹੱਥ ਹੈ ਔਰ ਤੇਰੇ ਪੱਥਰਾਂ ਵਿੱਚ ਇੱਕ ਦੋ ਮੱਛੀਆਂ ਆਉਂਦੀਆਂ ਸੁੱਟਦਾ ਹੈ ਲੇਖਕ ਦਾ ਜਵਾਬ ਹੁੰਦਾ ਹੈ ਬੱਚਾ ਕਿੱਡੀ ਵੱਡੀ ਸਾਰੇ ਬ੍ਰਹਿਮੰਡ ਨੂੰ ਟੀਚ ਕਰ ਗਿਆ ਉਹ ਬੱਚੇ ਨੇ ਉਸ ਵੱਲ ਵੇਖਿਆ ਤੱਕ ਨਹੀਂ ਔਰ ਉਸਨੇ ਇੱਕ ਮੱਛੀ ਨੂੰ ਚੱਕਦੇ ਹੋਏ ਜਿਹੜੀ ਤੜਪ ਰਹੀ ਸੀ ਸਮੁੰਦਰ 'ਚ ਸੁੱਟਦੇ ਹੋਏ ਕਿਹਾ ਕਿ ਲੇਖਕ ਵੱਲ ਇਸ਼ਾਰਾ ਕਰਕੇ ਕਿ ਅੰਕਲ ਇਸ ਨੂੰ ਤਾਂ ਫਰਕ ਪੈਂਦਾ ਹੈ ਸੋ ਸਾਨੂੰ ਲੱਗਦਾ ਹੈ ਕਿ ਤੁਸੀਂ ਸਾਰੀਆਂ ਮੱਛੀਆਂ ਨੂੰ ਬਚਾ ਨਹੀਂ ਸਕੇ ਇੱਕ ਮੱਛੀ ਨੂੰ ਬਚਾ ਰਹੇ ਹੋ ਲੇਕਿਨ ਬ੍ਰਹਿਮੰਡ ਤੁਹਾਨੂੰ ਦੇਖਦਾ ਹੈ ਕਿ ਜਿਸ ਦੇ ਕਾਬਲ ਤੁਸੀਂ ਹੋ ਕੀ ਤੁਸੀਂ ਉਹਨਾਂ ਕਰ ਰਹੇ ਹੋ ਜੇ ਤੁਸੀਂ ਇਹ ਸੋਚ ਰਹੇ ਹੋ ਮੈਂ ਇਹਨਾਂ ਦਾ ਜਵਾਬ ਦੇ ਰਿਹਾ ਹਾਂ ਇੱਕ ਸਟੋਰੀ ਹੋਰ ਸੁਣਾਉਣਾ ਬੜੀ ਅੱਛੀ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡੀ ਵੋਟ ਨਾਲ ਫਰਕ ਨਹੀਂ ਪੈਂਦਾ ਫਿਰ ਤੁਸੀਂ ਮੇਰੇ ਖਿਆਲ ਕ੍ਰਿਟੀਕਲ ਥਿੰਕਰ ਨਹੀਂ ਹੋ ਇਵੈਲੂਏਟਰ ਅੱਛੇ ਨਹੀਂ ਹੋ ਐਜੂਕੇਟਡ ਨਹੀਂ ਹੋ ਜੇ ਵੋਟ ਨਹੀਂ ਪਾਉਂਦੇ ਮੈਂ ਚਾਹੁੰਦਾ ਸਮਝਦਾ ਹਾਂ ਕਿ ਪੋਲੀਟਿਕਸ ਨੂੰ ਫਰਕ ਪਏ ਨਾ ਪਏ ਤੁਹਾਨੂੰ ਫਰਕ ਜ਼ਰੂਰ ਪੈ ਰਿਹਾ ਹੈ ਜਦੋਂ ਤੁਸੀਂ ਵੋਟ ਪਾਉਂਦੇ ਹੋ ਕਿਉਂਕਿ ਤੁਸੀਂ ਇੱਕ ਅਧਿਕਾਰ ਦਾ ਪ੍ਰਯੋਗ ਕੀਤਾ ਹੈ ਤੁਸੀਂ ਆਪਣਾ ਫਰਜ਼ ਪੂਰਾ ਕੀਤਾ ਹੈ ਤੁਸੀਂ ਅੱਛਾਈ ਲਈ ਜੇਬ ਦੇ ਅੱਛੇ ਹੋ
ਕੰਟਰੀਬਿਊਟ ਕੀਤਾ ਹੈ ਤੁਸੀਂ ਇਹ ਦੇਖ ਕੇ ਕਿ ਬੁਰਾ ਹੀ ਹੋ ਰਿਹਾ ਮੈਜੋਰਟੀ ਬੁਰਿਆਂ ਦੀ ਹੈ ਜਿਵੇਂ ਤੁਸੀਂ ਕਿਹਾ ਹੈ ਕਿ ਚੰਗਾ ਕਰਨਾ ਸਾਨੂੰ ਛੱਡ ਦੇਣਾ ਚਾਹੀਦਾ ਪਰ ਸਰ ਉਹ ਮੋਟੀਵੇਸ਼ਨ ਕਿੱਥੋਂ ਲੈ ਕੇ ਮੋਟੀਵੇਸ਼ਨ ਕਿੱਥੋਂ ਲੈ ਕੇ ਆਉਣੀ ਹੈ ਆਪਣੇ ਲਾਈਫ ਦੇ ਗੋਲ ਤੋਂ ਲੈ ਕੇ ਆਉਣੀ ਹੈ ਕਿ ਤੁਸੀਂ ਕਿਸ ਲਈ ਜੀਣਾ ਚਾਹੁੰਦੇ ਹਾਂ ਸਿੰਪਲ ਹੈ ਅਸੀਂ ਉਹ ਰਮਾਇਣ ਮਹਾਂਭਾਰਤ ਦੇਖਦੇ ਹਾਂ ਹੈ ਨਾ ਅਸੀਂ ਅੱਜ ਵੀ ਦੁਸਹਿਰਾ ਮਨਾਉਂਦੇ ਹਾਂ ਮੈਮ ਕਿਉਂ ਮਨਾਉਂਦੇ ਹਾਂ ਹੈ ਨਾ ਸਿਰਫ ਇੱਕ ਸਿੰਬਲ ਹੈ ਕਿ ਲਾਸਟ 'ਤੇ ਅੱਛਾਈ ਜਿੱਤਦੀ ਹੈ ਉਹ ਇੱਕ ਹੌਸਲਾ ਹੈ ਕਿ ਯਾਰ ਜਿੱਤੇਗੀ 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 ਸੋ ਤੁਸੀਂ ਜ਼ਿੰਦਗੀ 'ਚ ਮਰਨ ਤੋਂ ਪਹਿਲਾਂ ਕੀ ਰਾਮ ਬਣਨਾ ਚਾਹੁੰਦੇ ਹੋ ਜਾਂ ਰਾਵਣ ਬਣਨਾ ਚਾਹੁੰਦੇ ਹੋ ਜੇ ਤੁਸੀਂ ਰਾਮ ਬਣਨਾ ਚਾਹੁੰਦੇ ਹੋ ਤਾਂ ਨੈਚੁਰਲੀ ਹੈ ਕਿ ਤੁਸੀਂ ਰਾਮ ਵਾਲੇ ਕਰਮ ਕਰੋਗੇ ਅਤੇ ਉਹਨਾਂ ਕਰਮਾਂ ਦੇ ਵਿੱਚ ਜੇ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਕਰਪਟ ਲੋਕ ਨੇ ਜਿਹੜਾ ਘੱਟ ਕਰਪਟ ਹੈ ਜੇ ਤੁਸੀਂ ਉਹਨੂੰ ਚੁਣਦੇ ਹੋ ਹੈ ਨਾ ਤੁਹਾਨੂੰ ਆਪਸ਼ਨ ਨਹੀਂ ਮਿਲੀ ਤੁਸੀਂ ਉਹਨੂੰ ਚੁਣਦੇ ਹੋ ਮੀਨਸ ਤੁਸੀਂ ਰਾਮ ਵਾਲਾ ਕੰਮ ਕਰ ਰਹੇ ਹੋ ਕੀ ਅਜਿਹਾ ਨਹੀਂ ਹੈ ਸਰ ਰਾਵਣ ਦੀ ਤਾਂ ਲੰਕਾ ਵੀ ਸੋਨੇ ਦੀ ਸੀ ਹਾਂਜੀ ਉਹ ਸਰ ਉਹ ਸੋਨੇ ਦੀ ਸੀਗੀ ਤਾਂ ਵਧੀਆ ਸੀਗੀ ਲੰਕਾ ਦੇ ਵਿੱਚ ਤਾਂ ਰਹਿਣਾ ਹੈ ਉਹ ਘਰ ਦੇ ਵਿੱਚ ਤਾਂ ਰਹਿਣਾ ਹੈ ਉਹ ਤਾਂ ਰੋਟੀ ਤੁਸੀਂ ਸੋਨੇ ਦੀ ਮਿਲ ਜਾਏਗੀ ਹੀਰਿਆਂ ਦੀ ਮਿਲ ਜਾਏਗੀ ਹਵਾ ਪਾਣੀ ਤੋਂ ਬਚਣਾ ਸੀ ਉਹ ਤਾਂ ਇਹ ਛੱਤ ਨੇ ਵੀ ਬਚਾ ਦੇਣਾ ਨਾ ਹਾਂਜੀ ਸਰ ਪੂਰੇ ਕਰਪਟ 'ਚੋਂ ਇਹ ਘੱਟ ਕਰਪਟ ਕਿੱਦਾਂ ਚੂਜ਼ ਕਰਨਾ ਇਹ ਤੁਸੀਂ ਅਵੇਅਰ ਰਹਿਣਾ ਹੈ ਨਿਊਜ਼ਪੇਪਰ ਨਾਲ ਜੁੜਨਾ ਹੈ ਔਰ ਕ੍ਰਿਟੀਕਲ ਥਿੰਕਿੰਗ ਜਿਹੜੀ ਹੈ ਨਿਊਜ਼ਪੇਪਰ ਨਾਲ ਸਿਰਫ ਜੁੜਨਾ ਨਹੀਂ ਹੈ ਕਿਉਂਕਿ ਨਿਊਜ਼ ਵੀ ਬਾਇਸਡ ਹੋ ਸਕਦੀ ਹੈ ਤੁਸੀਂ ਖੁਦ ਸੋਚਣਾ ਹੈ ਕਿ ਦੇਖੋ ਯਾਰ ਜਿਹੜਾ ਪਰਸਨ ਦੀ ਸੋਚ ਹੀ ਨੈਗੇਟਿਵ ਹੈ ਉਹਦੀਆਂ ਈਵੈਂਟਸ ਜਿਹੜੀਆਂ ਨੇ ਉਸਨੇ ਕੀਤੇ ਹੋਏ ਕੰਮ ਜਿਹੜੇ ਨੇ ਫੰਡਾਮੈਂਟਲ ਜਿਹਦੇ 'ਚ ਮਿਲਦੇ ਨੇ ਮੈਂ ਕਹਿੰਦਾ ਹੈ ਕਿ ਇੱਕ ਹੱਤਿਆਰਾ ਹੈ ਇੱਕ ਜਿਹੜਾ ਰੇਪਿਸਟ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਇਹਦੀ ਇਹ ਘਟਨਾ ਇਹਦੇ ਨਾਲ ਜੁੜੀ ਹੋਈ ਹੈ ਤਾਂ ਵੈਲਿਡ ਪਤਾ ਲੱਗ ਗਈ ਹੈ ਫਿਰ ਤੁਸੀਂ ਉਹਨੂੰ ਚੁਣਦੇ ਹੋ ਇਟ ਮੀਨਸ ਕਿ ਤੁਸੀਂ ਉਹਦਾ ਬੁਰਾਈ ਦਾ ਸਾਥ ਦੇ ਰਹੇ ਹੋ ਸੋ ਇਹ ਤੁਹਾਨੂੰ ਅਵੈਲੂਏਟ ਕਰਨਾ ਪਏਗਾ ਅਵੇਅਰ ਅਸੀਂ ਘੱਟ ਹਾਂ ਇਹ ਗੱਲ ਪੱਕੀ ਹੈ ਫੋਰਨ 'ਚ ਦੇਖੋ ਸਰ ਪਤਾ ਤਾਂ ਹੈ ਕਿ ਉਸ ਡੈਸ਼ ਇੱਕ ਡੈਸ਼ ਪਾਰਟੀ ਹੈ ਉਹਨੇ ਹੀ ਜਿੱਤਣਾ ਹੈ ਉਹਦਾ ਹੀ ਵੋਟ ਪਾਉਣਾ ਹੈ ਸਭ ਕੁਝ ਮੀਡੀਆ ਵਗੈਰਾ ਖਰੀਦਿਆ ਹੋਇਆ ਦੇਖੋ ਮੈਂ ਇਹੀ ਗੱਲ ਕਰ ਰਿਹਾ ਹਾਂ ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਜੋ ਸ਼ਖਸ ਅੱਛਾ ਲੱਗ ਰਿਹਾ ਹੈ ਜਾਂ ਇੰਡੀਆਲੀ ਜਿਹੜਾ ਸ਼ਖਸ ਅੱਛਾ ਨਹੀਂ ਹੈ ਜੇ ਤੁਹਾਨੂੰ ਲੱਗ ਰਿਹਾ ਕਿ ਉਸ ਇਸ ਤਰ੍ਹਾਂ ਹੈ ਤਾਂ ਤੁਹਾਨੂੰ ਵੋਟ ਪਾਉਣ ਦਾ ਕੀ ਫਾਇਦਾ ਹੈ ਯਾਰ ਫਿਰ ਇੱਕ ਸਟੋਰੀ ਆ ਗਈ ਹੈ ਇੱਕ ਜੰਗਲ ਵਿੱਚ ਅੱਗ ਲੱਗੀ ਹੋਈ ਹੈ ਅੱਗ ਹੁਣ ਨੈਗੇਟਿਵਿਟੀ ਦਾ ਪ੍ਰਤੀਕ ਹੈ ਜਿਸ ਨੇ ਤਬਾਹ ਕਰਨਾ ਹੈ ਠੀਕ ਜੰਗਲ 'ਚ ਅੱਗ ਲੱਗੀ ਹੋਈ ਹੈ ਕਿ ਇੱਕ ਛੋਟੀ ਜਿਹੀ ਚਿੜੀ ਆਉਂਦੀ ਸਾਰੇ ਜਾਨਵਰ ਭੱਜ ਜਾਂਦੇ ਹੈ ਵੱਡੇ ਵੱਡੇ ਜਾਨਵਰ ਜੰਗਲ ਤੋਂ ਭੱਜਦੇ ਆ ਜਿੱਧਰ ਅੱਗ ਜਾਂਦੀ ਹੈ ਉੱਧਰੋਂ ਭੱਜਦੇ ਨੇ ਇੱਕ ਚਿੜੀ ਜਿਹੜੀ ਹੈ ਉਹ ਦਰਿਆ 'ਚ ਜਾਂਦੀ ਹੈ ਇੱਕ ਚੁੰਝ ਪਾਣੀ ਦੀ ਭਰਦੀ ਹੈ ਔਰ ਜੰਗਲ ਦੇ ਉੱਤੇ ਜਾ ਕੇ ਕਿਸੇ ਦਰਖਤ ਬਲਦੇ ਹੋਏ ਦਰਖਤ 'ਤੇ ਸੁੱਟਦੀ ਹੈ ਫਿਰ ਜਾਂਦੀ ਹੈ ਪਾਣੀ ਦੀ ਬੂੰਦ ਲੈ ਕੇ ਫਿਰ ਸੁੱਟਦੀ ਹੈ ਅਤੇ ਬਾਕੀ ਵੱਡੇ ਵੱਡੇ ਜਾਨਵਰ ਉਸ ਨੂੰ ਪੁੱਛਦੇ ਨੇ ਹੱਸਦੇ ਨੇ ਮਖੌਲ ਕਰਦੇ ਨੇ ਕਿ ਮੂਰਖੇ ਇਹ ਕੀ ਕਰ ਰਹੀ ਹਾਂ ਕਿ ਤੇਰੇ ਇੱਕ ਬੂੰਦ ਸੁੱਟਣ ਨਾਲ ਕੀ ਫਰਕ ਪਏਗਾ ਉਹ ਚਿੜੀ ਜਵਾਬ ਦਿੰਦੀ ਹੈ ਕਹਿੰਦੇ ਕੱਲ੍ਹ ਇਤਿਹਾਸ ਲਿਖਿਆ ਜਾਏਗਾ ਅਤੇ ਦੋ ਤਰ੍ਹਾਂ ਦੇ ਲੋਕ ਲਿਖੇ ਜਾਣਗੇ ਇੱਕ ਅੱਗ ਲਾਉਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਸਮਝੋ ਵੈਸੇ ਕਹਾਣੀ 'ਚ ਦੋ ਤਰ੍ਹਾਂ ਦੇ ਇੱਕ ਅੱਗ ਲਾਉਣ ਵਾਲੇ ਇੱਕ ਅੱਗ ਤੋਂ ਭੱਜਣ ਵਾਲੇ ਇੱਕ ਅੱਗ ਤੋਂ ਬਚਾਉਣ ਵਾਲੇ ਕਹਿੰਦੀ ਮੇਰਾ ਨਾਮ ਉੱਥੇ ਲਿਖਿਆ ਜਾਏਗਾ ਜਿਸ ਨੇ ਐਫਰਟ ਕੀਤੇ ਸੀ ਬੇਸ਼ੱਕ ਉਹਨੂੰ ਪਤਾ ਸੀ ਕਿ ਇਹ ਅੱਗ ਮੈਂ ਨਹੀਂ ਬੁਝਾ ਸਕਦੀ ਸੋ ਜੇ ਇਸ ਸਾਡਾ ਲਿਟਰੇਚਰ ਸਾਨੂੰ ਅਜਿਹਾ ਗਾਈਡ ਕਰ ਸਕਦਾ ਹੈ ਤਾਂ ਤੁਸੀਂ ਇਹ ਸੋਚਦੇ ਹੋ ਕਿ ਉਹ ਸ਼ਖਸ ਜਿੱਤ ਜਾਏਗਾ ਜਿਹੜਾ ਜਿਤਨਾ ਪਰ ਸਰ ਇੰਨੀ ਨਿਰਾਸ਼ਾ ਹੈ ਲੋਕ ਇੰਨੇ ਨਿਰਾਸ਼ ਹੈ ਅੱਜ ਕੱਲ੍ਹ ਪਹਿਲੀ ਵਾਰ ਹੋ ਰਿਹਾ ਇੰਡੀਆ ਵਿੱਚ ਕਿ ਤੁਸੀਂ ਜੇ ਪੋਲੀਟਿਕਲ ਕੋਈ ਇੱਦਾਂ ਦੀ ਸਟੇਟਮੈਂਟ ਦਿੰਦੇ ਹੋ ਕਿਸੇ ਖਿਲਾਫ਼ ਇੱਕ ਪਰਟੀਕੁਲਰ ਪਾਰਟੀ ਦੇ ਖਿਲਾਫ਼ ਬੋਲਦੇ ਹੋ ਤਾਂ ਤੁਹਾਡੇ ਉੱਤੇ ਚਾਰਜਸ ਲਗਾਏ ਜਾਂਦੇ ਆ ਡੈਮੋਕ੍ਰੇਸੀ ਖਤਮ ਹੋ ਗਈ ਹੈ ਡਿਕਟੇਟਰਸ਼ਿਪ ਆ ਗਈ ਹੈ ਇੱਦਾਂ ਦੇ ਹਾਲਾਤਾਂ ਵਿੱਚ ਵੀ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਆਵਾਜ਼ ਉਠਾਉਣੀ ਚਾਹੀਦੀ ਹੈ ਪਹਿਲਾਂ ਆਵਾਜ਼ ਤਾਂ ਬਾਅਦ 'ਚ ਉਠਾਓ ਕਿ ਪਹਿਲਾਂ ਆਪਣੇ ਅਧਿਕਾਰ ਦਾ ਪ੍ਰਯੋਗ ਤਾਂ ਕਰ ਲਓ ਨਾ ਇਹ ਵੀ ਤਾਂ ਇੱਕ ਆਵਾਜ਼ ਹੈ ਨਾ ਕਿ ਤੁਸੀਂ ਜਿੰਨੀ ਗਿਣਤੀ ਵੋਟਾਂ ਦੀ ਸੀ ਉਸ ਗਿਣਤੀ ਦੇ ਫੇਵਰ ਜਾਂ ਖਿਲਾਫ਼ ਵਿੱਚ ਇੱਕ ਦਾ ਹਿੱਸਾ ਪਾਇਆ ਹੈ ਅੱਛਾ ਤੁਹਾਡਾ ਪਰਿਵਾਰ ਆਂਢ ਗੁਆਂਢ ਜਿਹੜੇ ਲੋਕ ਤੁਹਾਡੇ ਤੋਂ ਇਨਫਲੂਐਂਸ ਨੇ ਜੇ ਤੁਸੀਂ ਉਹਨਾਂ ਨਾਲ ਡਿਸਕਸ ਕਰਦੇ ਹੋ ਡਿਸਕਸ਼ਨ ਕਰਦੇ ਹੋ ਇਹ ਵੀ ਹੈ ਨਾ ਕਿ ਉਹ ਤੁਹਾਡੇ ਇਨਫਲੂਐਂਸ 'ਚ ਆ ਕੇ ਵੋਟ ਜਿਹੜੀ ਹੈ ਮਤਲਬ ਕਹਿੰਦੇ ਨਾ ਕਿ ਉਹ ਇੱਕ ਦੀਪ ਜਿਹੜਾ ਹੈ ਦੂਜੇ ਦੀਪ ਨੂੰ ਜਲਾਉਂਦਾ ਹੈ ਜੇ ਅੱਛੀ ਥਿੰਕਿੰਗ ਹੈ ਤਾਂ ਅੱਛੀ ਨੂੰ ਉਹ ਕਰੇਗੀ ਨਾ ਵੀਡੀਓ ਕਿਉਂ ਬਣਾ ਰਹੇ ਹਾਂ ਕਿਉਂਕਿ ਜਿਹੜੇ ਵੋਟ ਨਹੀਂ ਪਾਉਣਾ ਚਾਹੁੰਦੇ ਸੀ ਉਹ ਨਿਰਾਸ਼ ਨੇ ਜਾਂ ਉਹਨਾਂ ਨੂੰ ਮਾੜਾ ਦਿਸ ਰਿਹਾ ਹੈ ਇਸ ਕਰਕੇ ਨਾ ਪਾਉਣ ਕਿ ਜਾਂ ਇਸ ਕਰਕੇ ਵੀ ਨਿਰਾਸ਼ ਨਾ ਹੋ ਜਾਣ ਕਿ ਕੋਈ ਹੋਰ ਜਿੱਤ ਜਾਏਗਾ ਤੁਸੀਂ ਆਪਣਾ ਕਰਮ ਕਰਨਾ ਹੈ ਅਸੀਂ ਆਪਣੇ ਧਰਮ ਨੂੰ
क्यों इन्ना असी सब कुछ धर्म का करते हैं। देखो रोज असी अपने धर्म स्थान पर जाने है ना, तो उत्थे की गल होंदी है, मेरी तो परमात्मा की गल होंदी है, यही है ना। तुसी यही कहने उस इष्ट नूं परमात्मा नूं मनदे हो तो उन्हूं यह कहिंदे हो कि कर्म मैं कर रहा तो कर्म ने तेरे अंदर लिखा जाना है ना। वोट ने वोट जो तुसी अच्छे बंदे की सोच के पाते हो, क्रिटिकल थिंक करके पाते हो, वो तुहाडी जिहड़ी एनर्जी कॉस्मिक एनर्जी है उसने तुहाडे खाते च लिखना है, तुहाडा भला ही है। तुसी ये देख रहे हो कि इंडिया बदल जाएगा, वो बदल जाएगा, उसके लिए बड़े एफर्ट की लोड़ है, लगातार एफर्ट की लोड़ है, ज़्यादा अवेयरनेस होने की लोड़ है। पर निराश होकर एक छोटा एफर्ट, वो चिड़ी तो वो मछली एक हाथ में जिहड़ी बच रही सी उसको भी मार दीए, उसको भी ऑक्सीजन ना दीए। अपना कर्म सानू करना ही पैना, वो पता चाहिए। सर अज भी जिदा समाज के जो आप देख रहे इलेक्शन वेले अज भी लोगों ना गड्डिया के बच्चे भर भर के लिया गया जो तो वोटा, हाँ सर वो बारे तुम की कहोगे भी वह कि सही है भी वो बेसिकली मैं दसदा, मैं ये भी दसदा, मैं साफ गल कहना घुमा नहीं बेसिकली भी दलतों अनपढ़ता खाती है और उन्होंने ट्रकों च भर के लैके आया जाता भी तुम वोट पाओ, मतलब वो समाज को खा रहे ने पर फिर भी कितना कि नहीं होता। अमृतसर साहब ने देखो इतनी बड़ी एग्जाम्पल साढ़े को खुद वो फस्ट टाइम, मैं पिछले जी एन सी आर टी का लैसन करा रहा है तो फस्ट टाइम डॉक्टरेट उन्होंने जी इंडिया चुना फॉरन इन्नी एजुकेशन ली है, कॉन्स्टिट्यूशन के फादर ने है ना, और उन्होंने राइट्स नहीं इन्ना लड़े ने हूँ उन्होंने सत्कार तो ता ही है ना। जे तुम अज की पॉलिटिक्स बारे थोड़ा यूज किस तरह होंगे है, किस परपज लिए हो रहा है, उसू समझोगे है ना। इतने तो नैचुरली है कि हर शख्स को समझना पैना है कि उसका यूज़ किस तरह किया जाता है, यूज़ है कि मिस यूज़ है। सो उसकी अवेयरनैस भी वक्रे तरह ना उपराले किए जा सकते हैं, पर इतने ये है कि तुम तो इर्द गिर्द जिन्हों तक थोड़ा तो लिंक है उन्होंने डिस्करेज या निराश ना करो कि तुम वोट नहीं पा है ना। मैनू नहीं पता कि कि मुद्दे कि गल कर रहे हो, पर गरीबी अपने आप से शराब है सर, मतलब गरीबी के अपने वक्रे दुख ने। यह गल वक्री है कि धर्म कह दिता है कि गरीबी अपना सुख है, पर बेसिक नीड जी पूरी नहीं हो रही है ना। हमने इन्होंने अनाउंस किया है शायद 88 करोड़ लोगों को खाना पानी मिलेगा, ये है ना शायद मैं पूरी खबर नहीं सुनना। 88 करोड़ लोगों को 89 करोड़ लोगों के राशन पानी मुफ्त मिलेगा, इट मीनस के असी एक्सैप्ट कर लिया है कि इन्ने परसेंट लोग साढ़े सू राशन पानी भी नहीं मिलता स्वतंत्रता तो हूँ तक इस सफर तक ही फायदा कि असं अपनी बेसिक नीड्स भी पूरी नहीं कर सके। तो मैं पूरी तरह इतना दोष नहीं दिना जब तक गुरबत तो असं फिर निकलन लिए उस दलदल चो निकलन लिए बच्चा बंदा कहना मेरे वालों जावे वोटा तो खेतों में मैनू रोटी चाहिए है, मैनू 1000 रुपया जो मिल रहा तो मैं कराँगा। सो ये इंडिया का जड़ा है एक शराब है, एक फेलियर है कि असी 88 करोड़ अज अनाउंस कर रहे हाँ, वह होना की चाहिए सी, वो नॉर्मल गरीबी रेखा तो उत्ते होने चाहिए सी, राशन पानी उन्होंने और हक की हलाल की कमाई का कमाया होना चाहिए जी। वो सोच सकते कि मैं ट्रक च भर के उत्थे ले जाया ना जाए, नारे झूठे ना लगाए जाए, मेरे तो झूठी वोट ना ले जाए है ना। सो ये दुख की गल है, मैं इन्ना ही कह सकता हाँ, उसलिए सोशो इकनोमिक स्टेटस जरूरी है, जात की गल नहीं है, दूजी गल है ये गरीबी की गल है, ये गल पक्की है गरीबी की गल है। गरीबी किसी भी जात की है, रोटी या चाहिए है। सो असी तो मेरे ख्याल मैं वो गल नहीं करना चाहाँगा कि कई घर असी अपने बच्चों वेच दिता है, इदा दया भी उदाहरण ने है ना। सो नेता लोग फायदा उठाते हैं, उन्होंने तक एजुकेशन सिस्टम ही इदा का बनाया जा रहा कि अलीट वर्ग का ही अगे नेता बने, उ समझ के अगे बढ़े है ना। सो अगे जो हो रहा है तुम देखो डेमोक्रेसी का जोड़ा UN ने किन्नी बार कहा है कि ब्लैक डेमोक्रेसी है, रिलीजन के बेस से कुछ हो रहा। सो मेरे हिसाब न तो ये गल है कि गरीबी शराब है, गरीबी उत्ते नारे लगते रहे लेकिन होया नहीं, मैं थोड़ी गल में सहमत है। ठीक है सर, इस बार मैं वोट पावांगा। नहीं बिल्कुल गलत, मैं वोट पावांगी नहीं, मैं ये देखना मैं क्यों वोट पानी है, क्यों
क्यों वोट पानी है और ये मत सोचो कि तुसी कौम लई जां देश लई वोट पा रहे हो, मैं कह रहा तुसी कॉस्मिक एनर्जी लई वोट पा रहे हो, तुसी अपने करैक्टर लई वोट पा रहे हो। जो तुसी अच्छे नू चुनते हो उदो तुसी भी अच्छे बनते हो, उदो कॉस्मिक एनर्जी जां धर्म जिस नू मनते हो तुहाडे हाथ दे विच एक अच्छी चीज़ लिख दिंदा है, उसका फायदा तुहानू जे बर्थ रीबर्थ जिहड़ियां भी गल्लां करनियां उस विच वी हुंदा है। सो तुसी असीं अच्छाई वल जाना है, पॉजिटिव रहना है, पॉजिटिव चुनना है। दलदल बढ़ गई है मैं मानता हाँ, पर उसके बावजूद असी दलदल जां न्यूट्रल हो जाइए फिर भी दलदल नूं फेवर कर रहे हैं। जी कि मैं न्यू रेप ला जिहड़ा आया सी यूनिवर्सिटी सानूं इन्ना दस्सिया गया मैडम द्वारा एक लायर से कहिंदे कि जे तीन बंदे मुंडे जा रहे उन्होंने एक कुड़ी वल गंदा इशारा किया है ते दो मुंडिया ने कुछ नहीं किया, कुछ भी नहीं किया, छेड़िया नहीं है। हर अपने हर क्रम को इस तरह मैं तो इदा समझता हाँ, मैं गलत हो सकता हूँ, माफी मांगना क्वेश्चन। थैंक यू, वोट सोच के पॉजिटिव हो के और वड्डियां आसां ना रख के मतलब बाहर मटीरियल दी आसां नहीं रखनियां है ना, अंदर दी उस कॉस्मिक एनर्जी दी फुल वड्डा फुल आसां रखनियां, वोट इस तरह भी पाई जा सकती है। थैंक यू।